ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ। ਤਾਂ ਅਸੀਂ ਅੱਜ ਤੁਹਾਡੇ ਵਾਸਤੇ ਲੁਧਿਆਣੇ ਵਿੱਚ ਜਿਹੜਾ ਦੁਬਈ ਮੇਲਾ ਲੱਗਿਆ ਹੈ ਜੀ ਵਰਧਮਾਨ ਚੌਂਕ ਵਿੱਚ ਚੰਡੀਗੜ੍ਹ ਰੋਡ 'ਤੇ, ਅੱਜ ਤੁਹਾਨੂੰ ਅਸੀਂ ਉਹ ਵਾਲਾ ਮੇਲਾ ਦਿਖਾਵਾਂਗੇ ਕਿਉਂਕਿ ਇਹ ਵਾਲਾ ਮੇਲਾ 5 ਵਜੇ ਤੋਂ ਰਾਤ ਦੇ 11 ਵਜੇ ਤੱਕ ਸਟਾਰਟ ਹੁੰਦਾ। ਮੀਨਸ ਮੇਲੇ ਵਿੱਚ ਬਹੁਤ ਅੰਦਰ ਜ਼ਿਆਦਾ ਵੱਡੇ ਵੱਡੇ ਝੂਲੇ ਲੱਗੇ ਹੋਏ ਨੇ, ਪੂਰਾ ਪੈਸਾ ਵਸੂਲ ਮੇਲਾ ਇਹ ਵਾਲਾ। ਕਿਉਂਕਿ ਲੁਧਿਆਣਾ ਵੈਸੇ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦਾ ਬਹੁਤ ਹੀ ਵੱਡਾ ਸ਼ਹਿਰ ਹੈ ਅਤੇ ਉਰੇ ਆਏ ਦਿਨ ਦੇਖਣ ਨੂੰ ਕੁਝ ਨਾ ਕੁਝ ਮਿਲਦਾ ਹੀ ਰਹਿੰਦਾ ਹੈ। ਤਾਂ ਦੋਸਤੋ ਇੱਥੇ ਐਂਟਰੀ ਫੀਸ ਹੈ ਜੀ 50 ਰੁਪਏ, ਮਤਲਬ ਮੇਲੇ ਦੇ ਅੰਦਰ ਦਾਖਲ ਹੋਣ ਵਾਸਤੇ 50 ਰੁਪਏ ਦੀ ਐਂਟਰੀ ਫੀਸ ਹੈ। 3 ਸਾਲ ਤੋਂ ਛੋਟੇ ਬੱਚੇ ਦੀ ਫੀਸ ਨਹੀਂ ਲੱਗਦੀ ਹੈ ਜੀ, 3 ਸਾਲ ਤੋਂ ਅਗਰ ਬੱਚਾ ਪਲੱਸ ਹੈ ਤਾਂ ਉਸਦੀ 50 ਰੁਪਏ ਟਿਕਟ ਹੈ। ਕੋਈ ਵੀ ਵੱਡਾ ਹੈ, ਕਿੰਨੇ ਮੈਂਬਰ ਹੈ, ਤੁਸੀਂ 50 ਰੁਪਏ ਦੇ ਹਿਸਾਬ ਨਾਲ ਅੰਦਰ ਜਾ ਸਕਦੇ ਹੋ ਅਤੇ ਅੰਦਰ ਤੁਸੀਂ ਕੁਝ ਵੀ ਖਾਣਾ ਹੈ, ਕੁਝ ਵੀ ਝੂਲੇ ਲੈਣੇ, ਕੁਝ ਵੀ ਤੁਸੀਂ ਮੀਨਸ ਇੰਜੋਏ ਕਰਨਾ, ਸਮਾਨ ਲੈਣਾ, ਉਹ ਤੁਹਾਡੇ ਆਪਣੇ ਅਲੱਗ ਤੋਂ ਪੈਸੇ ਹੋਣਗੇ ਜੀ। ਉਰੇ ਸਿਰਫ ਐਂਟਰੀ ਫੀਸ ਹੈ 50 ਰੁਪਏ। ਤਾਂ ਦੇਖੋ ਜੀ ਸ਼ਾਮ ਦੇ 5 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਇਹ ਵਾਲਾ ਮੇਲਾ ਲੱਗਦਾ ਹੈ ਅਤੇ ਬਹੁਤ ਮਤਲਬ ਉਰੇ ਪਬਲਿਕ ਹੁੰਦੀ ਅੰਦਰ ਅਤੇ ਦੇਖਣ ਨੂੰ ਬਹੁਤ ਹੀ ਜ਼ਿਆਦਾ ਵਧੀਆ ਹੈ। ਲਾਈਟਿੰਗ ਇੰਨੀ ਜ਼ਬਰਦਸਤ ਤਰੀਕੇ ਨਾਲ ਕੀਤੀ ਗਈ ਵੀ ਆ ਕੇ ਉਰੇ ਪਤਾ ਲੱਗਦਾ ਹੈ, ਆ ਕੇ ਦੇਖਣਾ ਬਣਦਾ ਹੈ ਜੀ ਬਹੁਤ ਵੱਡੀ। ਜਿਵੇਂ ਬਾਹਰਲੇ ਮੁਲਕਾਂ ਵਿੱਚ ਹੁੰਦੇ ਨੇ ਜਿਵੇਂ ਦੁਬਈ ਅਤੇ ਆ ਬੁਰਜ ਖਲੀਫਾ ਮਲੇਸ਼ੀਆ ਵਿੱਚ ਹੋਇਆ, ਜਿਹੜੇ ਜਿੰਨੇ ਵੀ ਮੀਨਸ ਬਾਹਰ ਦੀਆਂ ਫੇਮਸ ਬਿਲਡਿੰਗਸ ਨੇ ਉਹ ਇੱਥੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬਣਾਈਆਂ ਹੋਈਆਂ ਨੇ। ਦੇਖੋ ਜੀ ਮਿਹਨਤ ਤਾਂ ਬਹੁਤ ਕੀਤੀ ਹੋਈ ਵੀ ਹੈ ਕਾਰੀਗਰਾਂ ਨੇ ਅਤੇ ਅੰਦਰ ਕੈਮਰੇ ਵੀ ਬਹੁਤ ਜ਼ਿਆਦਾ ਲੱਗੇ ਹੋਏ ਨੇ ਅਤੇ ਪਲੱਸ ਪੱਖਿਆਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ। ਮੀਨਸ ਗਰਮੀ ਦਾ ਅਹਿਸਾਸ ਨਹੀਂ ਹੋਵੇਗਾ ਕਿਉਂਕਿ ਸ਼ਾਮ ਦੇ ਟਾਈਮ ਵਿੱਚ ਹਵਾ ਵੀ ਵਧੀਆ ਚੱਲੀ ਸੀਗੀ, ਸਿਰਫ ਆਲੇ ਦੁਆਲੇ 'ਤੇ ਬਾਉਂਡਰੀ ਹੈ ਅਤੇ ਉੱਪਰ ਪੂਰਾ ਸਮਾਨ ਖੁੱਲ੍ਹਾ ਹੈ ਅਤੇ ਜਿਵੇਂ ਤੁਸੀਂ ਲਾਈਟਿੰਗਸ ਦੇਖ ਰਹੇ ਹੋ, ਦੇਖੋ ਉਰੇ ਲਾਈਟਿੰਗ ਇੱਕ ਤੋਂ ਇੱਕ ਜ਼ਬਰਦਸਤ ਹੈ, ਬਹੁਤ ਹੀ ਵਧੀਆ, ਮਤਲਬ ਦੇਖਣ ਨੂੰ ਬਹੁਤ ਹੀ ਜ਼ਿਆਦਾ ਉਰੇ ਵਧੀਆ ਲੱਗ ਰਿਹਾ ਸੀਗਾ ਅਤੇ ਹਰ ਇੱਕ ਪਰਸਨ ਆਪਣੀ ਸੈਲਫੀਆਂ ਲੈ ਰਹੇ ਸੀਗੇ, ਆਪਣੀ ਫੈਮਿਲੀਆਂ ਨਾਲ ਫੋਟੋਜ਼ ਕਲਿੱਕ ਕਰਵਾ ਰਹੇ ਸੀਗੇ। ਬਹੁਤ ਮੀਨਸ ਮਿਹਨਤ ਤਾਂ ਕੀਤੀ ਹੋਈ ਹੈ ਜੀ। ਦੇਖੋ ਜੀ ਇਹਨਾਂ ਨੇ ਵੀ ਬਹੁਤ ਦੂਰੋਂ ਆਏ ਹੁੰਦੇ ਨੇ ਵਿਚਾਰੇ, ਇੱਥੇ ਇਹਨਾਂ ਨੇ 2 ਮਹੀਨੇ ਦਾ ਲੱਗਦਾ ਹੈ, ਮਈ ਮਹੀਨੇ ਵਿੱਚ ਸਟਾਰਟ ਹੋ ਗਿਆ ਸੀਗਾ ਅਤੇ ਜੂਨ ਚੱਲ ਰਿਹਾ ਹੈ ਜੀ ਅਤੇ ਮਿਹਨਤ ਬਹੁਤ ਕੀਤੀ ਹੋਈ ਹੈ ਬੰਦਿਆਂ ਨੇ, ਕਾਰੀਗਰਾਂ ਨੇ ਇਹਨੂੰ ਬਣਾਉਣ ਵਾਸਤੇ, ਲਗਾਉਣ ਵਾਸਤੇ ਅਤੇ ਉਹਦੇ ਵਾਸਤੇ 50 ਰੁਪਏ ਐਂਟਰੀ ਫੀਸ ਤਾਂ ਬਣਦੀ ਹੈ ਜੀ। ਕਿਉਂਕਿ ਅੰਦਰ ਤੁਸੀਂ ਜਾਓਗੇ ਨਾ ਤਾਂ ਇੱਕ ਬਹੁਤ ਖੁੱਲ੍ਹਾ ਮਾਹੌਲ ਹੈ, ਇੱਕ ਅੰਦਰ ਬਹੁਤ ਜ਼ਿਆਦਾ ਮੀਨਸ ਸਪੇਸ ਹੈ, ਝੂਲੇ ਉਰੇ ਇੱਕ 'ਤੇ ਇੱਕ ਦੇਖਣ ਨੂੰ ਮਿਲਦੇ ਨੇ ਜੀ, ਝੂਲਿਆਂ ਦੀ ਟਿਕਟ ਅਲੱਗ ਅਲੱਗ ਹੈ ਜੀ। ਜਿਵੇਂ 50 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਜਾਂ ਮਤਲਬ 50 ਰੁਪਏ ਲੈਣੇ ਤੁਸੀਂ ਬਾਕੀ ਊਂਠ ਦੀ ਸਵਾਰੀ ਕਰ ਸਕਦੇ ਹੋ ਜੀ ਅੰਦਰ, ਅਤੇ ਇੱਕ ਆਹ ਬੁੱਲ ਵਾਲਾ ਹੈ ਜੀ ਇਹਦੀ ਵੀ ਤੁਸੀਂ ਇੱਦਾਂ ਉੱਪਰ ਬੈਠ ਕੇ ਇਹਦੇ ਪਰ ਵੀ ਇੰਜੋਏ ਕਰ ਸਕਦੇ ਹੋ ਅਤੇ ਇੱਦਾਂ ਮਾਤਾ ਵੈਸ਼ਨੋ ਮਾਤਾ ਦਾ ਅੰਦਰ ਭਵਨ ਵੀ ਬਣਾਇਆ ਹੋਇਆ ਹੈ ਜੀ ਅਤੇ ਅੰਦਰ ਯਾਤਰਾ ਦਾ ਕੋਈ ਟਿਕਟ ਨਹੀਂ ਹੈ ਅਤੇ ਸਿਰਫ ਜਿਹੜੇ ਬਾਹਰ ਜੋੜੇ ਤੁਸੀਂ ਜਮ੍ਹਾਂ ਕਰਵਾਉਣੇ ਹੈ ਜੀ ਉਹਦੀ ਇੱਥੇ ਟਿਕਟ ਲਗਾਈ ਹੋਈ ਹੈ। ਤਾਂ ਇਹ ਦੇਖੋ ਜੀ ਪੂਰਾ ਮੀਨਸ ਇੱਥੇ ਬੋਟਿੰਗ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਬੱਚਿਆਂ ਵਾਸਤੇ, ਕਿਉਂਕਿ ਸ਼ਾਮ ਦਾ ਟਾਈਮ ਹੈ, ਗਰਮੀਆਂ ਦਾ ਟਾਈਮ ਹੈ ਅਤੇ ਬੋਟਿੰਗ ਤਾਂ ਹਰੇਕ ਮੇਲੇ ਵਿੱਚ ਹੁੰਦੀ ਹੋਈ ਹੈ। ਬਟ ਇੱਥੇ ਦੀ ਅਲੱਗ ਖਾਸੀਅਤ ਇਹ ਹੈ ਕਿ ਉਰੇ ਇੱਕ 'ਤੇ ਇੱਕ ਜ਼ਿਆਦਾ ਝੂਲੇ ਨੇ, ਵਰਾਇਟੀ ਹੈ ਬਹੁਤ ਜ਼ਿਆਦਾ ਅਤੇ ਸਾਈਡ ਨੂੰ ਮੀਨਸ ਕਾਫੀ ਕੁਛ ਇੱਦਾਂ ਦਾ ਹੈ ਜਿਵੇਂ ਬੁੱਕਸ ਦੀ ਦੁਕਾਨ ਹੈ, ਕੋਈ ਵੀ ਤੁਸੀਂ ਕਿਚਨ ਦਾ ਯੂਜ਼ੇਬਲ ਸਮਾਨ ਲੈਣਾ, ਮਨਿਆਰੀ ਦਾ ਸਮਾਨ ਲੈਣਾ, ਇੱਦਾਂ ਦਾ ਤੁਸੀਂ ਲੈਣਾ ਕੁਝ ਵੀ ਲੈ ਸਕਦੇ ਹੋ। ਆਹ ਦੇਖੋ ਬੱਚੇ ਕਿਵੇਂ ਆਪਣੀ ਫੈਮਿਲੀਜ਼ ਨਾਲ ਆਏ ਹੋਏ ਨੇ, ਕਿਉਂਕਿ ਗਰਮੀਆਂ ਦੇ ਟਾਈਮ ਵਿੱਚ ਛੁੱਟੀਆਂ ਹੋ ਚੁੱਕੀਆਂ ਨੇ ਅਤੇ ਇਸ ਵਜ੍ਹਾ ਨਾਲ ਬੱਚੇ ਉਰੇ ਇੰਜੋਏ ਕਰਨ ਆਉਂਦੇ ਨੇ। ਪੂਰੇ ਮੇਲੇ ਦਾ ਇੱਕ ਬਹੁਤ ਹੀ ਵੱਡਾ ਹੈ ਮੀਨਸ ਉਰੇ ਘੁੰਮ ਘੁੰਮ ਕੇ ਲੋਕ ਅੰਦਰ ਖਾਣੇ ਪੀਣੇ ਦਾ ਵੀ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ, ਉਹ ਤੁਹਾਡੀ ਆਪਣੀ ਚੋਇਸ ਹੈ।
ਤੁਸੀਂ ਕੀ ਲੈਣਾ ਚਾਹੁੰਦੇ ਹੋ? ਤਾਂ ਦੇਖੋ ਜਿੱਥੇ ਅਵਨੂਰ ਨੂੰ ਅਸੀਂ ਹੈਲੀਕਾਪਟਰ ਦੀ ਫਿਰ ਰਾਈਡਿੰਗ ਕਰਵਾਉਂਦੇ ਹਾਂ, ਫਿਰ ਹੈਲੀਕਾਪਟਰ ਵਿੱਚ ਬੈਠ ਕੇ, ਚਲੋ ਬੱਚਿਆਂ ਨੂੰ ਤਾਂ ਚਾਅ ਹੁੰਦਾ, ਬੱਚਿਆਂ ਨੂੰ ਹੁੰਦਾ ਕਿ ਅਸੀਂ ਆਹ ਵੀ ਲੈ ਲਈਏ ਆਹ ਵੀ ਲੈ ਲਈਏ, ਬਟ ਕਾਫੀ ਝੂਲੇ ਉਰੇ ਇੰਨੇ ਜ਼ਿਆਦਾ ਖਤਰਨਾਕ ਸੀਗੇ ਜਿਵੇਂ ਬ੍ਰੇਕ ਡਾਂਸ ਹੋਇਆ। ਇਸ ਤਰ੍ਹਾਂ ਦੇ ਝੂਲੇ ਕਾਫੀ ਖਤਰਨਾਕ ਹੈ, ਜਿਵੇਂ ਜਿਨ੍ਹਾਂ ਨੂੰ ਬੱਚਿਆਂ ਵਿੱਚ ਨਹੀਂ ਬਿਠਾਇਆ ਜਾ ਸਕਦਾ ਛੋਟੇ ਬੱਚਿਆਂ ਨੂੰ, ਵੱਡੇ ਹੈ ਤੁਸੀਂ ਤਾਂ ਫਿਰ ਤੁਸੀਂ ਬੇਸ਼ੱਕ ਆਰਾਮ ਨਾਲ ਝੂਟ ਸਕਦੇ ਹੋ। ਤਾਂ ਅਸੀਂ ਬੱਚਿਆਂ ਨੂੰ ਸਿਰਫ ਆਪਣੇ ਨੂੰ ਆਹੀ ਦਿਲਵਾਉਂਦੇ ਹਾਂ ਕਿਉਂਕਿ ਇਹ ਸਹੀ ਸੀਗਾ, ਜ਼ਿਆਦਾ ਤੇਜ਼ ਨਹੀਂ ਸੀਗਾ, ਜ਼ਿਆਦਾ ਸਲੋ ਨਹੀਂ ਸੀਗਾ। ਬਾਕੀ ਤੁਸੀਂ ਲਾਈਟਿੰਗ ਤੋਂ ਅੰਦਾਜ਼ਾ ਲਗਾ ਲਓ ਜੀ ਲੁਧਿਆਣੇ ਦੇ ਦੁਬਈ ਮੇਲੇ ਵਿੱਚ ਕਿਸ ਤਰ੍ਹਾਂ ਪੂਰੀਆਂ ਲਾਈਟਿੰਗਸ ਨੇ। ਤਾਂ ਦੋਸਤੋ ਸਾਡੇ ਚੈਨਲ ਵਿੱਚ ਇਵੇਂ ਦੀਆਂ ਵੀਡੀਓਜ਼ ਪੈਂਦੀਆਂ ਹੀ ਰਹਿੰਦੀਆਂ ਨੇ, ਤਾਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ। ਅਤੇ ਅਗਰ ਤੁਸੀਂ ਘੁੰਮਣ ਦਾ ਕਿਤੇ ਪਲੈਨ ਬਣਾ ਰਹੇ ਹੋ ਤਾਂ ਤੁਸੀਂ ਲੁਧਿਆਣੇ ਦੇ ਚੰਡੀਗੜ੍ਹ ਰੋਡ 'ਤੇ ਵਰਧਮਾਨ ਚੌਂਕ ਦੇ ਸਾਹਮਣੇ ਤਾਂ ਤੁਸੀਂ ਇੱਥੇ ਆ ਸਕਦੇ ਹੋ ਜੀ। ਦੁਬਈ ਮੇਲਾ ਲੱਗਿਆ ਹੋਇਆ ਹੈ ਬਹੁਤ ਵੱਡਾ, ਇੱਥੇ ਤੁਸੀਂ ਆਪਣੇ ਬੱਚਿਆਂ ਨੂੰ ਇੰਜੋਏ ਕਰਵਾ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਦਿਨੇ ਤੁਸੀਂ ਆਓ ਅਤੇ ਰਾਤੀ ਤੁਸੀਂ ਵਾਪਿਸ ਹੋ ਜਾਓ। ਤਾਂ ਦੋਸਤੋ ਬਹੁਤ ਹੀ ਇੱਥੇ ਮਤਲਬ ਅਲੱਗ ਤਰ੍ਹਾਂ ਦੇ ਝੂਲੇ ਲੱਗੇ ਹੋਏ ਨੇ, ਅੰਦਰ ਅੰਦਰ ਦੇਖਣ ਤੋਂ ਹੀ ਬਣਦਾ ਹੈ, ਅਤੇ ਸਾਈਡ ਨੂੰ ਅਪੋਲੋ ਸਰਕਸ ਵੀ ਲੱਗੀ ਹੋਈ ਹੈ। ਬਿਲਕੁਲ ਇਹ ਵੀ ਮੇਲੇ ਵਾਲਿਆਂ ਦੇ ਵਿੱਚ ਹੀ ਆਉਂਦਾ ਹੈ, ਜਿੱਥੇ ਕਿ ਜੀ ਅਪੋਲੋ ਸਰਕਸ ਦੀ ਟਿਕਟ ਹੈ ਜੀ 100 ਰੁਪਏ। ਦੋ ਤਿੰਨ ਘੰਟੇ ਦਾ ਸ਼ੋਅ ਹੁੰਦਾ ਅਤੇ ਅੰਦਰ ਕਾਫੀ ਕੁਛ ਦੇਖਣ ਨੂੰ ਮਿਲਦਾ ਹੈ। ਤਾਂ ਮੀਨਸ ਮੇਲੇ ਵਿੱਚ ਬਹੁਤ ਜ਼ਿਆਦਾ ਇੰਜੋਏ ਕੀਤਾ, ਲੋਕਾਂ ਨੇ ਬਹੁਤ ਜ਼ਿਆਦਾ ਸੈਲਫੀਜ਼ ਲਈਆਂ, ਲੋਕਾਂ ਨੇ ਖੂਬ ਇੰਜੋਏ ਕੀਤਾ। ਇੱਥੇ ਖਾਣੇ ਵਾਲੇ ਆਪਣਾ ਖਾਣਾ ਖਾ ਰਹੇ ਸੀਗੇ, ਘੁੰਮਣ ਵਾਲੇ ਘੁੰਮ ਘੁੰਮ ਕੇ ਦੇਖ ਰਹੇ ਸੀਗੇ, ਜਿਨ੍ਹਾਂ ਨੇ ਮਾਤਾ ਵੈਸ਼ਨੋ ਦੇਵੀ ਦੇ ਅੰਦਰ ਪੂਰੀ ਲੁੱਕ ਕ੍ਰੀਏਟ ਕੀਤੀ ਹੋਈ ਹੈ, ਪੂਰੇ ਮੰਦਰ ਦੀ ਤਰ੍ਹਾਂ ਭਵਨ ਸਜਾਇਆ ਹੋਇਆ ਹੈ, ਤਾਂ ਉਹ ਉੱਧਰ ਵੀ ਜਾ ਰਹੇ ਸੀਗੇ। ਤਾਂ ਇਹ ਦੇਖੋ ਰਾਤ ਨੂੰ ਇੱਥੇ ਦੇਖਣ ਦਾ ਬਣਦਾ ਹੈ, ਦਿਨੇ ਅਗਰ ਤੁਸੀਂ ਆਉਣ ਦਾ ਸੋਚ ਰਹੇ ਹੋ ਤਾਂ ਦਿਨੇ ਇਸ ਮੇਲੇ ਵਿੱਚ ਨਾ ਆਓ ਕਿਉਂਕਿ ਦਿਨੇ ਇਹ ਵਾਲਾ ਮੇਲਾ ਹੁੰਦਾ ਹੈ ਜੀ ਬੰਦ। ਤਾਂ ਦੇਖੋ ਜੀ ਕਿਵੇਂ ਇੱਥੇ ਜਿਹੜੇ ਖਾਣੇ ਪੀਣੇ ਦੇ ਸਟੋਲ ਲੱਗੇ ਹੋਏ ਨੇ, ਸਾਰੇ ਆਪਣੀ ਆਪਣੀ ਮਨਪਸੰਦ ਦਾ ਇੱਥੇ ਖਾਣਾ ਖਾ ਰਹੇ ਨੇ। ਤਾਂ ਮੀਨਸ ਬਹੁਤ ਜ਼ਿਆਦਾ ਵਧੀਆ ਇੱਕ ਬੱਚਿਆਂ ਵਾਸਤੇ ਸਪੈਸ਼ਲੀ, ਜਿਵੇਂ ਤੁਸੀਂ ਆਹ ਦੇਖ ਰਹੇ ਹੋ ਇੱਥੇ ਕਰੇਗਾ, ਉਸਮੇ ਲੁਬਾਨ ਡਾਲ ਲਓ, ਇਤਰ ਡਾਲ ਲਓ, ਗੁੱਗਲ ਦੁੱਧ ਡਾਲ ਲਓ, 15 ਮਿੰਟ ਚਲਾਓਗੇ ਨਾ 3-4 ਘੰਟੇ ਖੁਸ਼ਬੂ ਰਹਿੰਦੀ ਹੈ। 15 ਮਿੰਟ ਚਲਾ ਲਓ, ਸ਼ੀਸ਼ੇ ਕੇ ਲਿਏ ਵਾਈਪਰ ਮਿਲ ਜਾਏਗਾ, ਪਾਈਪ ਸਾਫ ਕਰਨੇ ਕੇ ਲਿਏ ਵਾਇਰ ਮਿਲ ਜਾਏਗੀ, ਵਾਸ਼ ਬੇਸਿਨ ਕੇ ਨਾ ਪਾਈਪ ਲੋਕ ਹੋ ਜਾਤੀ ਹੈ, ਸਿੰਕ ਕੇ ਪਾਈਪ, ਡਰੇਨੇਜ ਵਾਲੇ ਪਾਈਪ ਹੋਤੇ ਹੈਂ ਬਾਥਰੂਮ ਕੇ, ਰਸੋਈ ਕੇ, ਬੈਡ ਕੇ ਨੀਚੇ ਬੱਚੇ ਕੁਛ ਬਿਠਾ ਦੇਗੀ ਵੋ ਨਿਕਾਲ ਲੋ, ਜਹਾਂ ਹਮਾਰਾ ਹਾਥ ਨਹੀਂ ਜਾ ਰਹਾ ਇਹ ਵਹਾਂ ਜਾਏਗਾ, ਅੰਡਰਗਰਾਊਂਡ ਨਾਲੀ ਬੰਦ ਹੋ ਜਾਤੀ ਹੈ, ਕਿਚਨ ਬਾਥਰੂਮ ਕੇ ਪਾਈਪ ਕਲੀਨ ਕਰਨੇ ਕੇ ਲਿਏ ਮੰਦਰ ਬਣਾਇਆ ਹੋਇਆ ਜੀ, ਬਹੁਤ ਹੀ ਵਧੀਆ ਹੈ ਮੰਦਰ ਬਣਾਇਆ ਹੋਇਆ, ਯਾਤਰਾ ਫ੍ਰੀ ਹੈ ਅਤੇ ਸਿਰਫ ਜੋੜੇ ਘਰ ਦੇ ਇੱਥੇ ਪੈਸੇ ਲੱਗਦੇ ਨੇ ਜੀ। ਤਾਂ ਦੋਸਤੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ ਦੁਬਈ ਮੇਲਾ ਲੁਧਿਆਣੇ ਦਾ। ਤਾਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ, ਅਗਰ ਵੀਡੀਓ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਅਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਤਾਂ ਚਲੋ ਜੀ ਹੁਣ ਤੁਹਾਨੂੰ ਕਿਸੇ ਅਸੀਂ ਅਗਲੀ ਵਧੀਆ ਜੀ ਵੀਡੀਓ ਨਾਲ ਮਿਲਦੇ ਹਾਂ ਜੀ,
ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।